ਹੁਣ ਆ ਰਹੀ ਹੈ ਗੱਲ ਕਿ ਵੈਕਟਰਸ ਦੇ ਨਾਲ ਆ ਰੋਟੇਸ਼ਨ ਨੂੰ ਕਿਵੇਂ ਰਿਪ੍ਰੈਜ਼ੈਂਟ ਕਰਦੇ ਹਾਂ ਕਿ ਜਦੋਂ ਕੋਈ ਬੋਡੀ ਰੋਟੇਟ ਕਰਦੀ ਹੈ ਉਹਨੂੰ ਵੀ ਆਪਾਂ ਇੱਕ ਸਟ੍ਰੇਟ ਲਾਈਨ ਵੈਕਟਰ ਨਾਲ ਜਾਂ ਲਾਈਨ ਸੈਗਮੈਂਟ ਦੇ ਨਾਲ ਕਿਵੇਂ ਰਿਪ੍ਰੈਜ਼ੈਂਟ ਕਰਾਂਗੇ। ਕਈ ਵਾਰ ਆਪਾਂ ਨੂੰ ਲੱਗਦਾ ਕਿ ਰੋਟੇਸ਼ਨ ਦੱਸਣ ਲਈ ਤਾਂ ਸਾਡੇ ਕੋਲ ਬਹੁਤ ਸੌਖਾ ਤਰੀਕਾ ਹੈਗਾ, ਇੱਕ ਹੈਗਾ ਐਂਟੀ ਕਲੋਕ ਵਾਈਜ਼, ਇੱਕ ਹੈਗਾ ਕਲੋਕ ਵਾਈਜ਼। ਜਿਵੇਂ ਘੜੀ ਜਿੱਧਰ ਨੂੰ ਮੂਵ ਕਰਦੀ ਹੈ ਉੱਧਰ ਨੂੰ ਜਿਵੇਂ ਆਪਾਂ ਕਰਦੇ ਆਪਾਂ ਕਹਿੰਦੇ ਹਾਂ ਕਲੋਕ ਵਾਈਜ਼, ਅਤੇ ਜੇ ਉਹਦਾ ਪੁੱਠਾ ਕਰਦੀ ਆਪਾਂ ਕਹਿੰਦੇ ਐਂਟੀ ਕਲੋਕ ਵਾਈਜ਼। ਵੀ ਰੋਟੇਸ਼ਨ ਦੱਸਣ ਦਾ ਤਰੀਕਾ ਕਈਆਂ ਨੂੰ ਐਂ ਲੱਗਦਾ ਵੀ ਸਹੀ ਹੈ ਕਲੋਕ ਵਾਈਜ਼ ਜਾਂ ਐਂਟੀ ਕਲੋਕ ਵਾਈਜ਼। ਹੁਣ ਹੋਇਆ ਕਿ ਮੰਨ ਲਓ ਤੁਸੀਂ ਕਿਸੇ, ਇਹ ਗੱਲ ਦਾ ਮੈਂ ਤੁਹਾਨੂੰ ਦੱਸਦਾ ਕਿ ਇਹ ਗੱਲ ਗਲਤ ਕਿਉਂ ਆ। ਕਲੋਕ ਵਾਈਜ਼ ਅਤੇ ਐਂਟੀ ਕਲੋਕ ਵਾਈਜ਼ ਦੇ ਨਾਲ ਡਾਇਰੈਕਸ਼ਨ ਦੱਸਣ ਦਾ ਜਿਹੜਾ ਤਰੀਕਾ ਆ ਉਹ ਸਹੀ ਨਹੀਂ ਹੈ, ਕਿਉਂਕਿ ਜਦੋਂ ਤੁਸੀਂ ਕਿਸੇ ਵੀ ਬਾਡੀ ਨੂੰ ਕਿਸੇ ਵੀ ਰੋਟੇਸ਼ਨ ਨੂੰ ਇੱਕ ਪਾਸੇ ਖੜ ਕੇ ਦੇਖਦੇ ਹੋ ਉਹ ਤੁਹਾਨੂੰ ਲੱਗਦੀ ਹੈ ਕਲੋਕ ਵਾਈਜ਼, ਉਸੇ ਰੋਟੇਸ਼ਨ ਦੇ ਪਰਲੇ ਪਾਸੇ ਜੀ ਖੜ ਕੇ ਦੇਖੋ ਉਹ ਤੁਹਾਨੂੰ ਲੱਗੂਗਾ ਐਂਟੀ ਕਲੋਕ ਵਾਈਜ਼। ਕੁਝ ਜ਼ਿਆਦਾ ਦੂਰ ਦੀ ਗੱਲ ਨਹੀਂ ਕਰਦੇ ਆਪਾਂ, ਤੁਸੀਂ ਦੁਸਹਿਰੇ ਦੇ ਮੇਲੇ 'ਤੇ ਜਾਂਦੇ ਹੋ, ਉੱਥੇ ਉਹ ਲੱਗਿਆ ਹੁੰਦਾ ਆ, ਉਹਨੂੰ ਹਿੰਡੋਲ ਕਹਿੰਦੇ ਆ, ਪਤਾ ਨਹੀਂ ਕੀ ਕਹਿੰਦੇ ਆ, ਜੋ ਵੀ ਹੈ ਉਹ ਹਿੰਡੋਲ ਦੇ ਵਿੱਚ ਤੁਸੀਂ ਇੱਕ ਪਾਸੇ ਖੜ ਜਾਓ, ਉੱਥੋਂ ਖੜ ਕੇ ਦੇਖੋ ਉਹਦੀ ਡਾਇਰੈਕਸ਼ਨ ਆਫ ਰੋਟੇਸ਼ਨ ਕੀ ਹੈ, ਤੁਹਾਨੂੰ ਲੱਗੇਗਾ ਇਹ ਕਲੋਕ ਵਾਈਜ਼ ਆ। ਹੁਣ ਤੁਸੀਂ ਉਸੇ ਦੇ ਪਰਲੇ ਪਾਸੇ ਚੱਲ ਜਾਓ ਬੈਕ ਸਾਈਡ 'ਤੇ, ਉੱਥੇ ਬੈਕ ਸਾਈਡ ਜਾ ਕੇ ਤੁਸੀਂ ਦੇਖੋਗੇ ਤੁਹਾਨੂੰ ਲੱਗੂਗਾ ਇਹ ਤਾਂ ਐਂਟੀ ਕਲੋਕ ਵਾਈਜ਼ ਹੈ। ਇਹਦੇ ਲਈ ਦੇਖੋ ਮੈਂ ਇਹ ਬਣਾ ਕੇ ਤੁਹਾਡੇ ਲਈ ਰੱਖਿਆ ਹੈ ਨਾਲ, ਠੀਕ ਆ। ਇਸ ਮੈਂ ਮਾਰਕਰ ਨਾਲ ਡਰਾ ਕੀਤਾ ਆ, ਇੱਕ ਡਾਇਰੈਕਸ਼ਨ ਡਰਾ ਕੀਤੀ ਹੈ, ਦੇਖੋ ਇਹਦੇ ਇੱਧਰਲੇ ਪਾਸੇ ਵੀ ਸੇਮ ਡਾਇਰੈਕਸ਼ਨ ਆ। ਸੋ ਕਹਿੰਦਾ ਮਤਲਬ ਕਿ ਇਹ ਡਾਇਰੈਕਸ਼ਨ ਆਹ ਵਾਲੀ ਹੈ, ਦੇਖੋ ਤੁਹਾਨੂੰ ਦਿਖ ਰਿਹਾ ਹੋਣਾ ਬਿਲਕੁਲ ਆਹ ਵਾਲੀ ਡਾਇਰੈਕਸ਼ਨ ਮੈਂ ਵੀ ਡਰਾ ਕੀਤੀ ਹੋਈ ਹੈ। ਹੁਣ ਜੇ ਮੈਂ ਇਸ ਡਾਇਰੈਕਸ਼ਨ ਨੂੰ ਇੱਧਰੋਂ ਦੇਖਣ ਦੀ ਕੋਸ਼ਿਸ਼ ਕਰਾਂ ਆਪਣੇ ਪਾਸਿਓਂ, ਮੈਨੂੰ ਇਹ ਲੱਗ ਰਿਹਾ ਕਿ ਇਹ ਐਂਟੀ ਕਲੋਕ ਵਾਈਜ਼ ਆ। ਤੁਹਾਨੂੰ ਕੀ ਲੱਗ ਰਿਹਾ? ਤੁਹਾਨੂੰ ਲੱਗ ਰਿਹਾ ਹੋਣਾ ਕਿ ਕਲੋਕ ਵਾਈਜ਼ ਆ, ਕਿਉਂਕਿ ਤੁਸੀਂ ਉੱਧਰੋਂ ਖੜ ਕੇ ਦੇਖ ਰਹੇ ਹੋ। ਅਜੇ ਮੈਨੂੰ ਮੈਂ ਪੁੱਠਾ ਕਰ ਦੇਣਾ, ਹਾਂ ਹੁਣ ਹੋ ਗਿਆ ਕਲੋਕ ਵਾਈਜ਼। ਤੁਹਾਨੂੰ ਕੀ ਲੱਗ ਰਿਹਾ? ਤੁਹਾਨੂੰ ਲੱਗ ਰਿਹਾ ਹੋਣਾ ਕਿ ਇਹ ਐਂਟੀ ਕਲੋਕ ਵਾਈਜ਼ ਆ, ਹੈਨਾ। ਸੋ ਕਹਿੰਦੇ ਮਤਲਬ ਕਿ ਜਦੋਂ ਆਪਾਂ ਡਾਇਰੈਕਸ਼ਨ ਆਫ ਰੋਟੇਸ਼ਨ ਸੇਮ ਹੀ ਆਹੀ ਹੈ ਨਾ, ਦੇਖੋ ਤੁਹਾਨੂੰ ਵੀ ਆਹੀ ਦਿਖ ਰਹੀ ਹੈ, ਮੈਨੂੰ ਵੀ ਆਹੀ ਦਿਖ ਰਹੀ ਹੈ, ਮੈਂ ਕਹਿ ਰਿਹਾ ਕਲੋਕ ਵਾਈਜ਼ ਆ, ਤੁਸੀਂ ਕਹਿ ਰਹੇ ਹੋ ਐਂਟੀ ਕਲੋਕ ਵਾਈਜ਼ ਆ। ਸੋ ਕਹਿੰਦੇ ਨਾ ਜਦੋਂ ਤੁਸੀਂ ਕਿਸੇ ਰੋਟੇਸ਼ਨ ਨੂੰ ਰੀਪ੍ਰਜੈਂਟ ਕਰਨ ਲੱਗਦੇ ਹੋ ਤਾਂ ਇੱਕ ਪ੍ਰੋਬਲਮ ਆਉਂਦੀ ਆ ਕਿ ਇੱਕ ਪਾਸੇ ਖੜ ਕੇ ਸਾਨੂੰ ਕਲੋਕ ਵਾਈਜ਼ ਦਿਖਦੀ ਹੈ, ਦੂਜੇ ਪਾਸੇ ਖੜ ਕੇ ਉਹ ਐਂਟੀ ਕਲੋਕ ਵਾਈਜ਼ ਦਿਖਦੀ ਹੈ। ਵੈਕਟਰਸ ਦੇ ਵਿੱਚ ਹੀ, ਵੈਕਟਰ ਦੀ ਫੋਰਮ ਦੇ ਵਿੱਚ ਸਾਡੇ ਕੋਲ ਇੱਕ ਬਹੁਤ ਅੱਛਾ ਮੈਥਡ ਆ, ਬਹੁਤ ਵਧੀਆ ਮੈਥਡ ਆ ਕਿ ਅਸੀਂ ਦੱਸ ਸਕਦੇ ਹਾਂ ਕਿ ਕਿਸੇ ਬੋਡੀ ਦੀ ਜਿਹੜੀ ਡਾਇਰੈਕਸ਼ਨ ਆਫ ਰੋਟੇਸ਼ਨ ਆ ਉਹ ਕੀ ਹੈ। ਅਤੇ ਇਹ ਡਾਇਰੈਕਸ਼ਨ ਆਫ ਰੋਟੇਸ਼ਨ ਦੱਸਣ ਦਾ ਤਰੀਕਾ ਕੀ ਆ? ਸਟ੍ਰੇਟ ਲਾਈਨ ਵੈਕਟਰ, ਉਵੇਂ ਹੀ ਜਿਵੇਂ ਤੁਸੀਂ ਗੁਰਦੁਆਰਾ ਦੱਸਿਆ ਸੀ ਕਿਸੇ ਨੂੰ, ਜਿਵੇਂ ਤੁਹਾਨੂੰ ਕੋਈ ਪੁੱਛੇ ਕਿ ਗੁਰਦੁਆਰਾ ਕਿੱਧਰ ਨੂੰ, ਆਪਾਂ ਕਹਿੰਦੇ ਇੱਧਰ ਨੂੰ ਆ, ਬਿਲਕੁਲ ਉਵੇਂ ਹੀ ਕੋਈ ਪੁੱਛੇ ਡਾਇਰੈਕਸ਼ਨ ਆਫ ਰੋਟੇਸ਼ਨ ਕੀ, ਆਪਾਂ ਕਹਾਂਗੇ ਜੀ ਆਹ ਆ ਜਾਂ ਫਿਰ ਆਹ ਆ। ਹੁਣ ਇਹ ਬੜੀ ਅਜੀਬ ਲੱਗਦੀ ਹੈ ਗੱਲ, ਬੰਦਾ ਕਹੂਗਾ ਆਹ ਡਾਇਰੈਕਸ਼ਨ ਆਫ ਰੋਟੇਸ਼ਨ ਕਿਵੇਂ ਹੋ ਸਕਦੀ ਹੈ, ਨਾ ਕੋਈ ਬੋਡੀ ਇੱਧਰ ਨੂੰ ਜਾ ਰਹੀ ਹੈ ਆਹ ਤਾਂ ਠੀਕ ਹੈ ਰਿਪ੍ਰੈਜ਼ੈਂਟ ਕਰਨ, ਵੈਲੋਸਿਟੀ ਤਾਂ ਠੀਕ ਹੈ ਇੱਧਰ ਨੂੰ ਆ, ਫਿਰ ਰੋਟੇਸ਼ਨ ਇੱਧਰ ਨੂੰ ਕਿਵੇਂ ਆ? ਉਹਦੇ ਲਈ ਆਪਣੇ ਕੋਲ ਦੇਖੋ ਤੁਸੀਂ ਹਮੇਸ਼ਾ ਯਾਦ ਰੱਖਣੀ ਹੈ ਇਹ ਗੱਲ ਕਿ ਅਸੀਂ ਰੂਲ ਯੂਜ਼ ਕਰਨ ਜਾ ਰਹੇ ਹਾਂ, ਦੈਟ ਇਜ਼ ਰਾਈਟ ਹੈਂਡ ਰੂਲ, ਰਾਈਟ ਹੈਂਡ ਰੂਲ। ਦੇਖੋ ਜਿਹੜੇ ਖੱਬੇ ਹੱਥ ਨਾਲ ਵੀ ਲਿਖਦੇ ਨਾ ਬੱਚੇ, ਉਹਨਾਂ ਨੂੰ ਵੀ ਰਾਈਟ ਹੈਂਡ ਯੂਜ਼ ਕਰਨਾ ਪੈਣਾ, ਇਹ ਨਾ ਸੋਚੋ ਵੀ ਸਾਡੇ ਲਈ ਤਾਂ ਆਹੀ ਹੈ ਰਾਈਟ ਹੈਂਡ ਰੂਲ। ਰਾਈਟ ਹੈਂਡ ਨਾਲ ਉਹ ਕਹਿੰਦੇ ਦੇਖੋ ਫਿੰਗਰਸ ਨੂੰ ਕੋਇਲ ਕਰਦੇ ਆਪਾਂ ਐਂ ਕਰ ਸਕਦੇ ਹਾਂ, ਜਾਂ ਤਾਂ ਫਿੰਗਰਸ ਨੂੰ ਐਂ ਕੋਇਲ ਕਰ ਸਕਦਾ ਮੈਂ, ਹੈਨਾ, ਜਾਂ ਫਿਰ ਜੇ ਮੈਂ ਅੰਗੂਠਾ ਨੀਚੇ ਕਰ ਦੇਵਾਂ ਐਂ ਤਾਂ ਮੈਂ ਐਂ ਕੋਇਲ ਕਰ ਸਕਦਾ, ਹੈਨਾ। ਫਿੰਗਰ ਦੀ ਕੋਇਲ ਤੁਹਾਨੂੰ ਹਮੇਸ਼ਾ ਸਟ੍ਰੇਟ ਰੱਖਣਾ ਹੈ ਅਤੇ ਐਂ ਕੋਇਲ ਕਰਨਾ ਜਿਵੇਂ ਮਰਜ਼ੀ, ਜਿਸ ਮਰਜ਼ੀ ਡਾਇਰੈਕਸ਼ਨ 'ਚ, ਠੀਕ ਆ। ਥੰਬ ਹਮੇਸ਼ਾ ਪਰਪੈਂਡੀਕੁਲਰ ਰਹੇਗਾ, ਇਸ ਤਰ੍ਹਾਂ ਕੋਇਲ ਕਰ ਸਕਦੇ ਹਾਂ। ਫਿੰਗਰਸ ਦੀ ਕੋਇਲਿੰਗ ਦੀ ਡਾਇਰੈਕਸ਼ਨ ਆਪਾਂ ਰੱਖਣੀ ਹੈ ਅਤੇ ਥੰਬ ਜਿਹੜਾ ਆ ਉਹ ਆਪਾਂ ਨੂੰ ਦੱਸੇਗਾ ਡਾਇਰੈਕਸ਼ਨ ਆਫ ਰੋਟੇਸ਼ਨ। ਜਿਵੇਂ ਕਿ ਹੁਣ ਆਇਆ, ਹੁਣ ਮੈਂ ਇੱਥੇ ਤੁਸੀਂ ਆਪਣੇ ਘਰ ਵੀ ਡਰਾ ਕਰ ਸਕਦੇ ਹੋ ਲੈ ਕੇ ਮਾਰਕਰ ਵਗੈਰਾ। ਹੁਣ ਇਹ 'ਚ ਮੈਂ ਡਾਇਰੈਕਸ਼ਨ ਆਫ ਰੋਟੇਸ਼ਨ ਦੱਸਣੀ ਹੈ, ਮੈਂ ਇੱਧਰੋਂ ਖੜ ਕੇ ਦੇਖ ਰਿਹਾ ਇਹ ਐਂ ਰੋਟੇਟ ਹੋ ਰਹੀ ਹੈ, ਮੈਂ ਕਹਿੰਦਾ ਠੀਕ ਹੈ ਹੁਣ ਮੈਂ ਫਿੰਗਰ ਨੂੰ ਇਸ ਤਰ੍ਹਾਂ ਹੀ ਰੋਟੇਟ ਕਰਾਉਂਦਾ ਜਿਵੇਂ ਆਇਆ ਇਸ ਤਰ੍ਹਾਂ, ਕਿਉਂਕਿ ਇਹ ਰੋਟੇਸ਼ਨ ਦੀ ਡਾਇਰੈਕਸ਼ਨ ਇਸ ਤਰ੍ਹਾਂ ਆ, ਉਹਦੇ ਹੀ ਡਾਇਰੈਕਸ਼ਨ ਦੇ ਵਿੱਚ ਮੈਂ ਫਿੰਗਰ ਨੂੰ ਐਂ ਰੋਟੇਟ ਕਰ ਲਿਆ। ਥੰਬ ਇਜ਼ ਗਿਵਿੰਗ ਮੀ ਦਾ ਡਾਇਰੈਕਸ਼ਨ ਆਫ ਰੋਟੇਸ਼ਨ, ਡਾਇਰੈਕਸ਼ਨ ਆਫ ਰੋਟੇਸ਼ਨ ਕੀ ਆ? ਆਹ ਵਾਲੀ ਆ, ਇੱਧਰ ਨੂੰ ਆ, ਆਹ ਮੰਨੀ ਜਾਏਗੀ। ਜਿਹੜਾ ਬੱਚਾ ਇੱਧਰ ਖੜਾ ਆ, ਮੈਂ ਉਹਨੂੰ ਕਿਹਾ ਤੂੰ ਵੀ ਕਰ ਲਾ ਵੀ ਰਾਈਟ ਹੈਂਡ ਨਾਲ ਆਪਣੇ, ਉਹ ਆਪਣਾ ਰਾਈਟ ਹੈਂਡ ਲੈ ਕੇ ਆਉਂਦਾ, ਉਹ ਵੀ ਰੋਟੇਟ ਐਂ ਕਰਦਾ ਹੈ ਅਤੇ ਉਹ ਦੇਖਦਾ ਉਹਦਾ ਥੰਬ ਵੀ ਉੱਧਰ ਨੂੰ ਹੀ ਹੈ। ਮਤਲਬ ਹੁਣ ਇਹਨਾਂ ਨੂੰ ਕਲੋਕ ਵਾਈਜ਼ ਜਾਂ ਐਂਟੀ ਕਲੋਕ ਵਾਈਜ਼ ਕਹਿਣ ਦੀ ਲੋੜ ਨਹੀਂ ਹੈ, ਇਹ ਕਹਿਣਗੇ ਜੀ ਡਾਇਰੈਕਸ਼ਨ ਆਫ ਰੋਟੇਸ਼ਨ ਇਜ਼ ਟੁਆਰਡਸ ਦਿਸ ਡਾਇਰੈਕਸ਼ਨ। ਸੋ ਇਹਦਾ ਮਤਲਬ ਸਟ੍ਰੇਟ ਲਾਈਨ ਵੈਕਟਰ ਤੋਂ ਹੀ ਅਸੀਂ ਡਾਇਰੈਕਸ਼ਨ ਆਫ ਰੋਟੇਸ਼ਨ ਦੱਸ ਸਕਦੇ ਹਾਂ। ਬਹੁਤ ਸੌਖਾ ਇੱਕ ਹੋਰ ਦੱਸਦਾ ਤਰੀਕਾ ਇਹਦੇ ਉੱਪਰ ਗੱਲ ਕਰਦੇ ਆਪਾਂ, ਆਇਆ ਮੰਨ ਲਓ ਆਹ ਇੱਕ ਡਾਇਰੈਕਸ਼ਨ ਆਫ ਰੋਟੇਸ਼ਨ ਹੈ, ਰੋਟੇਸ਼ਨ ਤਾਂ ਐਂ ਆ, ਅਤੇ ਮੈਂ ਕਹਿ ਰਿਹਾ ਕਿ ਸਟ੍ਰੇਟ ਲਾਈਨ ਵੈਕਟਰ ਦੀ ਤਰ੍ਹਾਂ ਮੈਂ ਦੱਸਣਾ ਹੀ ਹਾਂ ਕਿ ਡਾਇਰੈਕਸ਼ਨ ਆਫ ਰੋਟੇਸ਼ਨ ਕੀ ਹੈ। ਮੈਂ ਕਹਿ ਰਿਹਾ ਤੁਸੀਂ ਕੀ ਕਰੋ, ਤੁਸੀਂ ਰਾਈਟ ਹੈਂਡ ਦੱਸ ਦਿਓ, ਰਾਈਟ ਹੈਂਡ
ਇਸ ਤਰ੍ਹਾਂ ਕੋਇਲ ਕਰੀਏ, ਨਹੀਂ ਇਹ ਤਾਂ ਗਲਤ ਆ ਕਿਉਂਕਿ ਮੈਂ ਫਿੰਗਰ ਇੱਧਰ ਨੂੰ ਕੋਇਲ ਹੋ ਰਹੀ ਹੈ, ਜਾ ਕੇ ਇੱਧਰ ਨੂੰ ਰਿਹਾ ਉਹਦਾ ਉੱਧਰ ਨੂੰ ਜਾ ਰਿਹਾ ਹੈ ਨਾ, ਨਹੀਂ ਇਹਨੂੰ ਪੁੱਠਾ ਕਰ ਦਿਉ ਇਸ ਤਰ੍ਹਾਂ। ਹਾਂ ਹੁਣ ਠੀਕ ਆ, ਠੀਕ ਆ ਦੇਖੋ ਮੇਰੀ ਫਿੰਗਰਸ ਦੀ ਕੋਇਲਿੰਗ ਦੀ ਡਾਇਰੈਕਸ਼ਨ, ਮੇਰੀ ਉਂਗਲਾਂ ਇੱਧਰ ਨੂੰ ਕੋਇਲ ਹੋ ਰਹੀ ਹੈ ਨਾ ਜਿੱਧਰ ਨੂੰ ਡਾਇਰੈਕਸ਼ਨ ਆਫ ਰੋਟੇਸ਼ਨ ਹੈ। ਥੰਬ ਇਜ਼ ਗਿਵਿੰਗ ਮੀ ਦ ਡਾਇਰੈਕਸ਼ਨ ਆਫ ਰੋਟੇਸ਼ਨ, ਥੰਬ ਕਿੱਧਰ ਨੂੰ ਜਾ ਰਿਹਾ, ਥੰਬ ਬੋਰਡ ਦੇ ਅੰਦਰ ਨੂੰ ਜਾ ਰਿਹਾ। ਸੋ ਮੈਂ ਇਹ ਕਹੂੰਗਾ ਕਿ ਇਸ ਰੋਟੇਸ਼ਨ ਦੀ ਡਾਇਰੈਕਸ਼ਨ ਕੀ ਹੈ, ਇਨਵਰਡ ਦ ਬੋਰਡ, ਇਨਵਰਡ ਦਾ ਪਲੇਨ ਆਫ ਬੋਰਡ, ਠੀਕ ਹੈ। ਸੋ ਇਹ ਪਰਪੈਂਡੀਕੁਲਰ ਹੈ, ਇਹਦੇ ਅੰਦਰ ਨੂੰ ਹੈ ਡਾਇਰੈਕਸ਼ਨ ਰੋਟੇਸ਼ਨ। ਅੱਛਾ ਐਂ ਕਰਦੇ ਹਾਂ, ਜੇ ਕੋਈ ਬੋਡੀ ਐਂ ਰੋਟੇਟ ਹੋ ਰਹੀ ਹੋਵੇ ਇੱਧਰ ਨੂੰ, ਅਤੇ ਨਹੀਂ ਇਹ ਤਾਂ ਗਲਤ ਹੋ ਗਿਆ, ਦੇਖੋ ਫਿਰ ਨਾ ਐਂ ਕਰਨਾ ਪੈਣਾ ਹੱਥ ਮੈਨੂੰ, ਹੁਣ ਠੀਕ ਹੈ ਨਾ, ਜਿੱਧਰ ਨੂੰ ਡਾਇਰੈਕਸ਼ਨ ਆਫ ਰੋਟੇਸ਼ਨ ਹੈ ਉੱਧਰ ਨੂੰ ਮੇਰੇ ਹੱਥ ਵੀ ਹੈ। ਸੋ ਆਹ ਡਾਇਰੈਕਸ਼ਨ ਆਫ ਰੋਟੇਸ਼ਨ ਹੈ, ਥੰਮ ਕਿੱਧਰ ਜਾ ਰਿਹਾ ਹੁਣ, ਬਾਹਰ ਨੂੰ ਜਾ ਰਿਹਾ। ਚਾਹੇ ਮੈਂ ਬੋਰਡ ਦੇ ਪਿੱਛੇ ਖੜ ਕੇ ਦੇਖਾਂ ਤਾਂ ਵੀ ਮੇਰੇ ਐਂ ਹੀ ਹੋਵੇਗਾ, ਉਹ ਬਾਹਰ ਨੂੰ ਹੀ ਹੋਏਗਾ, ਇੱਥੇ ਵੀ ਕੋਈ ਹੁਣ ਪ੍ਰੋਬਲਮ ਨਹੀਂ ਆਏਗੀ। ਇਹਦੀ ਡਾਇਰੈਕਸ਼ਨ ਆਫ ਰੋਟੇਸ਼ਨ ਹੈ ਆਊਟਵਰਡ ਨੋਰਮਲੀ, ਹੈ ਨਾ, ਟੂ ਦਾ ਪਲੇਨ ਆਫ ਬੋਰਡ। ਸੋ ਇਹ ਜਿਹੜੇ ਦੋ ਡਾਇਰੈਕਸ਼ਨ ਨੇ, ਵੈਸੇ ਤੁਸੀਂ ਪਹਿਲਾਂ ਦੇਖਦੇ ਤਾਂ ਤੁਸੀਂ ਦੱਸਣਾ ਸੀ, ਤੁਸੀਂ ਕਹਿਣਾ ਸੀ ਆਹ ਹੈਗਾ ਜੀ ਤੁਹਾਡੇ ਲਈ ਇਹ ਹੋਏਗਾ ਕਲੋਕਵਾਈਜ਼, ਇਹਨੂੰ ਤੁਸੀਂ ਕਹੋਗੇ ਐਂਟੀ ਕਲੋਕਵਾਈਜ਼, ਪਰ ਮੈਂ ਕਹਿ ਰਿਹਾ ਨਹੀਂ, ਐਂ ਦੱਸਣਾ ਬੰਦ ਕਰ ਦਿਉ, ਇਹਦੇ ਨਾਲ ਹੋ ਜੂਗੀ ਕਨਫਿਊਜ਼ਨ, ਕਿਉਂਕਿ ਇਹ ਇਸ ਪਾਸੇ ਕੁਝ ਹੋਰ ਲੱਗਦਾ ਹੈ ਤਾਂ ਇਸ ਪਾਸੇ ਤਾਂ ਕੁਝ ਹੋਰ ਲੱਗਣ ਲੱਗ ਜਾਂਦਾ ਹੈ, ਹੁੰਦੀ ਸੇਮ ਹੀ ਡਾਇਰੈਕਸ਼ਨ। ਆਪਾਂ ਐਂ ਨਹੀਂ ਕਰਾਂਗੇ, ਹੁਣ ਆਪਾਂ ਕਿਵੇਂ ਕਰਾਂਗੇ, ਮੈਂ ਕਹਾਂ ਇਹਦੀ ਡਾਇਰੈਕਸ਼ਨ ਆਫ ਰੋਟੇਸ਼ਨ ਹੈ ਇਨਵਰਡ ਦਾ ਪਲੇਨ ਆਫ ਬੋਰਡ, ਇਹਦੀ ਡਾਇਰੈਕਸ਼ਨ ਆਫ ਰੋਟੇਸ਼ਨ ਹੈ ਆਊਟਵਰਡ ਦਾ ਪਲੇਨ ਆਫ ਬੋਰਡ। ਆਪਾਂ ਫਿਜ਼ਿਕਸ ਦੇ ਵਿੱਚ ਡਾਇਰੈਕਸ਼ਨ ਦੱਸਣ ਲਈ ਹੁਣ ਇਹੀ ਤਰੀਕਾ ਯੂਜ਼ ਕਰਾਂਗੇ, ਖਾਸ ਕਰ ਡਾਇਰੈਕਸ਼ਨ ਆਫ ਰੋਟੇਸ਼ਨ ਦੱਸਣ ਦੇ ਲਈ। ਸੋ ਇਹ ਗੱਲ ਨੂੰ ਤੁਸੀਂ ਬਹੁਤ ਧਿਆਨ ਨਾਲ ਸਮਝਣਾ ਕਿ ਰੋਟੇਸ਼ਨ ਦੱਸਣ ਲਈ ਮੈਂ ਕਿਵੇਂ ਯੂਜ਼ ਕੀਤਾ ਇੱਕ ਸਟ੍ਰੇਟ ਲਾਈਨ ਵੈਕਟਰ ਨੂੰ। ਸੋ ਦੇਖੋ ਮੈਂ ਜਿਵੇਂ ਰੋਟੇਸ਼ਨ ਨੂੰ ਦੱਸਣ ਲਈ ਤੁਹਾਨੂੰ ਦੱਸਿਆ, ਇਹ ਬੋਰਡ ਦੇ ਉੱਪਰ ਮੈਂ ਡਰਾ ਕੀਤੇ ਦੋ ਸਰਕਲ, ਤਾਂ ਤੁਹਾਨੂੰ ਇਹ ਲੱਗ ਰਿਹਾ ਹੋਣਾ ਕਿ ਵੀ ਬੋਡੀ ਇੱਥੇ ਰੋਟੇਟ ਕਰ ਸਕਦੀ ਹੈ ਨਾ, ਵੀ ਇੱਦਾਂ ਦੀ ਕੋਈ ਗੱਲ ਨਹੀਂ ਹੈ। ਜਿਵੇਂ ਮੰਨ ਲਓ ਹੁਣ ਆਹ ਪੂਰਾ ਸਪੇਸ ਹੈ, ਮਤਲਬ ਇਸ ਟਾਈਮ ਥ੍ਰੀ ਡਾਇਮੈਂਸ਼ਨਲੀ, ਇੱਥੇ ਕੋਈ ਬੋਡੀ ਐਵੇਂ ਜ਼ਰੂਰ ਤਾਂ ਨਹੀਂ ਫਰਸ਼ 'ਤੇ ਰੋਟੇਟ ਕਰੇਗੀ ਜਾਂ ਫਿਰ ਕੰਧ 'ਤੇ ਰੋਟੇਟ ਕਰੇਗੀ, ਕੋਈ ਬੋਡੀ ਐਵੇਂ ਰੋਟੇਟ ਕਰ ਸਕਦੀ, ਦੇਖੋ ਇਸ ਤਰ੍ਹਾਂ ਕੋਈ ਬੋਡੀ ਐਂ ਸਪੇਸ 'ਚ ਇਸ ਤਰ੍ਹਾਂ ਥੋੜ੍ਹੀ ਟੇਢੇ ਪਲੇਨ ਦੇ ਵਿੱਚ ਇਸ ਤਰ੍ਹਾਂ ਐਂ ਰੋਟੇਟ ਕਰ ਰਹੀ ਕੋਈ ਬੋਡੀ। ਸੋ ਮੈਂ ਕਹਿ ਰਿਹਾ ਇਹਦੀ ਡਾਇਰੈਕਸ਼ਨ ਨੂੰ ਕਿਵੇਂ ਦੱਸਾਂਗਾ ਮੈਂ ਇਸ ਰੋਟੇਸ਼ਨ ਦੀ ਡਾਇਰੈਕਸ਼ਨ ਨੂੰ, ਤੁਸੀਂ ਐਂ ਕਰੋ ਆਹ ਜਿਹੜਾ ਮੇਰਾ ਮਾਰਕਰ ਹੈ ਨਾ, ਇਹਦੀ ਜਿਹੜੀ ਆ ਜਿੱਧਰ ਨੂੰ ਮੈਂ ਲਿਖਦਾ ਇਹਨੂੰ ਨਿਬ ਵਾਲੇ ਪਾਸੇ, ਐਂ ਸਮਝ ਲਓ ਇੱਧਰ ਨੂੰ ਐਰੋ ਬਣਿਆ ਹੋਇਆ, ਇਹਨੂੰ ਐਂ ਸਮਝ ਕੇ ਚੱਲਿਓ, ਠੀਕ ਆ। ਚਲੋ ਜੀ ਆਹ ਡਾਇਰੈਕਸ਼ਨ ਆਫ ਰੋਟੇਸ਼ਨ ਆ, ਅਤੇ ਮੈਂ ਇਸ ਰੋਟੇਸ਼ਨ ਦੀ ਡਾਇਰੈਕਸ਼ਨ ਦੱਸਣੀ ਆ ਅਕੋਰਡਿੰਗ ਟੂ ਮਤਲਬ ਨਿਊ ਰੂਲ ਜੋ ਮੈਂ ਤੁਹਾਨੂੰ ਸਿਖਾਇਆ, ਅਤੇ ਇੱਧਰ ਨੂੰ ਤੁਸੀਂ ਫਿੰਗਰ ਸਕੁਆਇਰ ਕਰੋ ਰਾਈਟ ਹੈਂਡ ਦੀਆਂ ਰੂਲ, ਦੇਖੋ ਦੇਖ ਰਹੇ ਹੋ ਨਾ ਐਂ ਹੋਊਗਾ ਨਾ। ਸੋ ਇਸ ਤਰ੍ਹਾਂ ਜੇ ਰੋਟੇਟ ਕਰ ਰਿਹਾ ਤਾਂ ਮੈਂ ਰਾਈਟ ਹੈਂਡ ਫਿੰਗਰਸ ਨੂੰ ਐਂ ਰੋਟੇਟ ਕਰੂੰਗਾ, ਦੈਨ ਦਿਸ ਵਿਲ ਬੀ ਦ ਡਾਇਰੈਕਸ਼ਨ ਆਫ ਰੋਟੇਸ਼ਨ, ਆਹ ਡਾਇਰੈਕਸ਼ਨ ਆਫ ਰੋਟੇਸ਼ਨ। ਜਿਵੇਂ ਜਿਵੇਂ ਕੋਈ ਬੋਡੀ ਦੇ ਰੋਟੇਟ ਕਰਨ ਦਾ ਪਲੇਨ ਬਦਲੇਗਾ, ਆਹ ਵੀ ਬਦਲੀ ਜਾਏਗਾ, ਦੇਖੋ ਇਸ ਤਰ੍ਹਾਂ ਹੋ ਜਾਏਗਾ, ਇਸ ਤਰ੍ਹਾਂ ਹੋ ਜਾਏਗਾ। ਕਹਿੰਦਾ ਜਿਸ ਤਰ੍ਹਾਂ ਵੀ ਇਹ ਆਹ ਡਾਇਰੈਕਸ਼ਨ ਆਫ ਰੋਟੇਸ਼ਨ ਸਟ੍ਰੇਟ ਇੱਕ ਵੈਕਟਰ ਆ, ਜਿਹੜਾ ਸਟ੍ਰੇਟ ਜਿਵੇਂ ਲਾਈਨ ਸੈਗਮੈਂਟ ਆ ਐਰੋ ਦੇ ਨਾਲ, ਇਹ ਸਾਨੂੰ ਦੱਸੀ ਜਾ ਰਿਹਾ ਡਾਇਰੈਕਸ਼ਨ ਆਫ ਰੋਟੇਸ਼ਨ। ਇਸ ਤੋਂ ਪਹਿਲਾਂ ਆਪਾਂ ਕਦੇ ਸੋਚਿਆ ਨਹੀਂ ਹੋਣਾ ਕਿ ਡਾਇਰੈਕਸ਼ਨ ਆਫ ਰੋਟੇਸ਼ਨ ਦੱਸਣ ਦਾ ਵੀ ਤਰੀਕਾ ਐਂ ਹੋ ਸਕਦਾ, ਜਿਵੇਂ ਆਪਾਂ ਕਿਸੇ ਨੂੰ ਗੁਰਦੁਆਰੇ ਦੀ ਡਾਇਰੈਕਸ਼ਨ ਦੱਸਦੇ ਹਾਂ, ਇਹ ਸਟ੍ਰੇਟ ਵੈਕਟਰ ਹੈ ਪਰ 10 ਰੋਟੇਸ਼ਨ ਬਾਰੇ ਰਿਹਾ। ਅੱਛਾ ਹੁਣ ਮੈਨੂੰ ਕੋਈ ਕਹਿ ਰਿਹਾ ਕਿ ਵੀ ਇੱਕ ਆਹ ਵਾ ਇਹ ਹੈਗੀ ਡਾਇਰੈਕਸ਼ਨ ਆਫ ਰੋਟੇਸ਼ਨ, ਕਿਸੇ ਨੇ ਮੈਨੂੰ ਦੱਸਿਆ ਆਹ ਡਾਇਰੈਕਸ਼ਨ ਆਫ ਰੋਟੇਸ਼ਨ ਆ, ਅਤੇ ਉਹ ਮੈਨੂੰ ਪੁੱਛ ਰਿਹਾ ਹੁਣ ਤੁਸੀਂ ਦੱਸੋ ਕਿ ਕੋਈ ਬੋਡੀ ਕਿਹੜੀ ਡਾਇਰੈਕਸ਼ਨ 'ਚ ਰੋਟੇਟ ਕਰ ਰਹੀ ਹੈ ਅਤੇ ਕਿਵੇਂ ਰੋਟੇਟ ਕਰ ਰਹੀ ਹੈ, ਕਿਹੜੇ ਪਲੇਨ 'ਚ ਰੋਟੇਟ ਕਰ ਰਹੀ ਹੈ। ਮੈਂ ਕਹੋ ਠੀਕ ਆ ਆਹ ਡਾਇਰੈਕਸ਼ਨ ਆਫ ਰੋਟੇਸ਼ਨ ਹੈ ਨਾ, ਅਤੇ ਡਾਇਰੈਕਸ਼ਨ ਸਾਨੂੰ ਥੰਬ ਤੋਂ ਪਤਾ ਲੱਗਦੀ ਹੈ, ਮੈਂ ਕੀ ਕਰੂੰ ਰਾਈਟ ਹੈਂਡ ਚੱਕੂੰਗਾ, ਥੰਬ ਇੱਧਰ ਰੱਖ ਦੂੰਗਾ ਜਿਸ ਡਾਇਰੈਕਸ਼ਨ 'ਚ ਦੱਸ ਰਿਹਾ, ਅਤੇ ਮੈਂ ਦੇਖੂੰਗਾ ਮੇਰੀ ਫਿੰਗਰਸ ਕਿੱਧਰ ਨੂੰ ਕੋਇਲ ਕਰ ਰਹੀ ਹੈ, ਇੱਧਰ ਨੂੰ ਕੋਇਲ ਕਰ ਰਹੀ ਹੈ ਨਾ, ਆਹ ਡਾਇਰੈਕਸ਼ਨ ਆਫ ਰੋਟੇਸ਼ਨ। ਸਮਝ ਲੱਗੀ ਗੱਲ? ਸੋ ਇਸ ਤਰ੍ਹਾਂ ਮੈਨੂੰ ਜਿਵੇਂ ਮੰਨ ਲਓ ਜਿਹੜੇ ਡਾਇਰੈਕਸ਼ਨ ਆਫ ਰੋਟੇਸ਼ਨ ਦਾ ਪਲੇਨ ਬਦਲੇਗਾ, ਅਤੇ ਨਾਲ ਦੀ ਨਾਲ ਹੀ ਆ ਜਿਹੜਾ ਮੇਰਾ ਸਟ੍ਰੇਟ ਲਾਈਨ ਵੈਕਟਰ ਆ ਵੀ ਬਦਲਦਾ ਰਹੇਗਾ ਇਸ ਤਰ੍ਹਾਂ, ਠੀਕ। ਅਤੇ ਜਿਵੇਂ ਹੀ ਇਹ ਰਿਵਰਸ ਹੋ ਜਾਏਗੀ ਡਾਇਰੈਕਸ਼ਨ ਰੋਟੇਸ਼ਨ, ਆਹ ਨੀਚੇ ਨੂੰ ਹੋ ਜਾਏਗਾ। ਆਹ ਦੇਖੋ ਜੇ ਐਂ ਬੋਡੀ ਰੋਟੇਟ ਕਰੇਗੀ ਤਾਂ ਨੀਚੇ ਨੂੰ ਇਹਦੀ ਡਾਇਰੈਕਸ਼ਨ ਰੋਟੇਸ਼ਨ, ਐਂ ਰੋਟੇਟ ਕਰੇਗੀ ਤਾਂ ਉੱਪਰ ਨੂੰ ਡਾਇਰੈਕਸ਼ਨ ਆਫ ਰੋਟੇਸ਼ਨ। ਸੋ ਇਹਦਾ ਮਤਲਬ ਹੁਣ ਪੂਰੇ ਸਪੇਸ ਦੇ ਵਿੱਚ ਕੋਈ ਵੀ ਬੋਡੀ ਕਿਸੇ ਵੀ ਪਲੇਨ ਦੇ ਵਿੱਚ ਕਿਸੇ ਵੀ ਤਰ੍ਹਾਂ ਰੋਟੇਟ ਕਰੇ, ਉਹਨੂੰ ਮੈਂ ਇੱਕ ਰਾਈਟ ਹੈਂਡ ਰੂਲ ਦੇ ਨਾਲ ਹੀ ਦੱਸ ਸਕਦਾ ਕਿ ਉਹਦੀ ਡਾਇਰੈਕਸ਼ਨ ਆਫ ਰੋਟੇਸ਼ਨ ਕੀ ਹੋਏਗੀ। ਇਹਦਾ ਬਹੁਤ ਜ਼ਿਆਦਾ ਯੂਜ਼ ਹੋਏਗਾ ਆਪਣੇ ਅੱਗੇ ਜਾ ਕੇ 5th ਯੂਨਿਟ ਦੇ ਵਿੱਚ ਵੀ, ਅਤੇ ਆਪਾਂ ਹੋਰ ਬਹੁਤ ਕੁਝ ਜਿੱਥੇ ਵੀ ਰੋਟੇਸ਼ਨ ਦੀ ਗੱਲ ਕਰਾਂਗੇ, ਜਿੱਥੇ ਆਪਾਂ ਹੁਣ ਵੈਕਟਰਸ ਦੇ ਪ੍ਰੋਡਕਟ ਦੀ ਗੱਲ ਕਰਾਂਗੇ, ਕ੍ਰੋਸ ਪ੍ਰੋਡਕਟ ਦੀ ਗੱਲ ਕਰਾਂਗੇ, ਹੋਰ ਨਵੀਂ ਚੀਜ਼ਾਂ ਆਪਾਂ ਸਿੱਖਾਂਗੇ,
ਉੱਥੇ ਦੀ ਲੋੜ ਪੈਗੀ। ਇਸ ਗੱਲ ਨੂੰ ਭੁੱਲਣਾ ਨਹੀਂ ਤੁਸੀਂ ਹੁਣ। ਕਿਹੜੀ ਗੱਲ? ਆਹ ਗੱਲ ਕਿ ਰੋਟੇਸ਼ਨ ਦੱਸਣ ਦੇ ਲਈ ਕਲੋਕਵਾਈਜ਼ ਜਾਂ ਐਂਟੀ ਕਲੋਕਵਾਈਜ਼ ਜਿਹੜੇ ਵਰਡਸ ਨੇ ਇਹਨਾਂ ਨੂੰ ਯੂਜ਼ ਨਹੀਂ ਕਰਨਾ, ਕਿਉਂਕਿ ਇਹਦੇ ਨਾਲ ਕਨਫਿਊਜ਼ਨ ਪੈਦਾ ਹੁੰਦੀ ਆ। ਇੱਕ ਪਾਸਿਓਂ ਕੋਈ ਬਾਡੀ ਦੀ ਰੋਟੇਸ਼ਨ ਤੁਹਾਨੂੰ ਕਲੋਕਵਾਈਜ਼ ਲੱਗ ਰਹੀ ਹੈ ਤਾਂ ਉਹੀ ਰੋਟੇਸ਼ਨ ਦੂਜੇ ਪਾਸਿਓਂ ਐਂਟੀ ਕਲੋਕਵਾਈਜ਼ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਹਦੇ ਕਰਕੇ ਆਪਣੀ ਸਟੇਟਮੈਂਟਸ ਮੈਚ ਨਹੀਂ ਕਰਨਗੀਆਂ ਦੋਨੋਂ ਬੰਦਿਆਂ ਦੀ ਜਿਹੜੇ ਦੋਨੋਂ ਪਾਸੇ ਖੜ ਕੇ ਦੇਖ ਰਹੇ ਆ। ਅਤੇ ਇਸੇ ਲਈ ਅਸੀਂ ਕੀ ਯੂਜ਼ ਕੀਤਾ? ਅਸੀਂ ਰਾਈਟ ਹੈਂਡ ਰੂਲ ਯੂਜ਼ ਕਰਾਂਗੇ ਕਿ ਬਾਡੀ ਦੀ ਰੋਟੇਸ਼ਨ ਜਿਹੜੀ ਡਾਇਰੈਕਸ਼ਨ 'ਚ ਹੋ ਰਹੀ ਹੈ ਉਸ ਡਾਇਰੈਕਸ਼ਨ 'ਚ ਆਪਾਂ ਆਪਣੇ ਫਿੰਗਰਸ ਕੋਇਲ ਕਰਾਂਗੇ ਅਤੇ ਸਾਡਾ ਜੋ ਥੰਬ ਹੋਏਗਾ ਉਹ ਦੱਸੇਗਾ ਡਾਇਰੈਕਸ਼ਨ ਆਫ ਰੋਟੇਸ਼ਨ। ਸੋ ਵੈਕਟਰ ਇਸ ਇਹ ਜਿਹੜੀ ਡਾਇਰੈਕਸ਼ਨ ਆਫ ਰੋਟੇਸ਼ਨ ਦੱਸਣ ਲਈ ਅਸੀਂ ਯੂਨਿਟ ਵੈਕਟਰ ਯੂਜ਼ ਕਰਦੇ ਹਾਂ। ਯੂਨਿਟ ਵੈਕਟਰ ਹੀ ਯੂਜ਼ ਕਰ ਲਾਂਗੇ ਆਪਾਂ ਜਿਵੇਂ ਆਪਾਂ ਪਹਿਲਾਂ ਯੂਜ਼ ਕਰਦੇ ਰਹੇ ਹਾਂ ਕਿਸੇ ਵੈਕਟਰ ਦੀ ਡਾਇਰੈਕਸ਼ਨ ਦੱਸਣ ਦੇ ਲਈ। ਠੀਕ ਹੈ ਜੀ। ਸੋ ਇਹ ਆਪਣਾ ਵੈਕਟਰ ਦੀ ਸਿਰਫ ਇੰਟਰੋਡਕਸ਼ਨ ਸੀ।